ਸ਼ਰਾਰਤੀ ਜੁੜੇ ਹੋਏ ਨੇ ਕੁਛ ਕਿਸਾਨ ਆਪਣੇ ਭਰਾ ਨੇ ਆਪਣੇ ਚੋਂ ਹੀ ਨੇ ਪਰ ਇਹ ਕਿਸਾਨ ਨਹੀਂ ਹੈਗੇ ਕਿਸਾਨ ਖੇਤਾਂ 'ਚ ਕੰਮ ਕਰਨ ਵਾਲਾ ਖੇਤਾਂ 'ਚ ਬੈਠਾ ਹੈ ਇਹ ਉਹਨਾਂ ਦੇ ਨਾਂ 'ਤੇ ਜਿਹੜੇ ਕੁਛ ਲੋਕ ਇਕੱਠੇ ਹੋਏ ਹੋਏ ਨੇ ਇਹਨਾਂ ਨੇ ਠੇਕਾ ਲੈ ਲਿਆ ਸਾਰਿਆਂ ਨੂੰ ਕੰਮ ਕਰਨ ਦਾ ਜੇ ਪਿਛਲੇ ਸਮੇਂ 'ਚ ਸਰਕਾਰਾਂ ਨੇ ਵੀ ਇਹਨਾਂ ਦੀ ਗੱਲ ਸੁਣ ਲਈ ਤਾਂ ਕਿਸਾਨੀ ਨੂੰ ਸਮਝ ਕੇ ਮੈਂ ਸਮਝਦਾ ਮੁੱਖ ਰੱਖ ਕੇ ਸੁਣੀ ਨਾ ਕਿ ਜਿਹੜੇ ਕੁਛ ਕਿਸਾਨ ਯੂਨੀਅਨ ਦੇ ਆਗੂ ਬਣ ਕੇ ਮੂਹਰੇ ਤੁਰੇ ਫਿਰਦੇ ਨੇ ਯੂਨੀਅਨਾਂ ਤਾਂ ਸਾਰਿਆਂ ਦੀਆਂ ਹੁੰਦੀਆਂ ਨੇ ਚਾਹੇ ਕਾਂਗਰਸ ਪਾਰਟੀ ਹੈ ਉਹਨਾਂ ਦਾ ਵੀ ਕਿਸਾਨੀ ਵਿੰਗ ਹੈ ਚਾਹੇ ਪਰਸੋਂ ਕੁਛ ਲੋਕਾਂ ਨੇ ਆ ਕੇ ਇੱਥੇ ਹੱਲਾ ਕਰਿਆ ਔਰ ਡਾਂਗਾਂ ਸੁੱਟੀਆਂ ਚਲਾਈਆਂ ਵਪਾਰੀ ਭਰਾਵਾਂ ਦੇ ਸਿਰ 'ਚ ਵੀ ਡਾਂਗਾਂ ਮਾਰੀਆਂ ਨੇ ਇਹ ਬਹੁਤ ਮੰਦਭਾਗੀ ਗੱਲ ਹੈ ਇਹ ਚੰਗੀ ਗੱਲ ਨਹੀਂ ਹੈ ਪੁਲਿਸ ਪ੍ਰਸ਼ਾਸਨ ਨੂੰ ਇਹ 'ਤੇ ਫੌਰੀ ਐਕਸ਼ਨ ਕਰ ਲੈਣਾ ਚਾਹੀਦਾ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰਾ ਬਾਜ਼ਾਰ ਬੰਦ ਕਰਕੇ ਵਪਾਰੀ ਭਰਾ ਇੱਥੇ ਇਕੱਠਾ ਹੋਇਆ ਪਰ ਹਾਲੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਗੱਲ ਵੀ ਨਹੀਂ ਪੁੱਛਣ ਆਇਆ ਸੋ ਮੇਰੀ ਬੇਨਤੀ ਇਹ ਹੈ ਕਿ ਜੇ ਕਿਸੇ ਦੀ ਕੋਈ ਸਮੱਸਿਆ ਸੀ ਕੋਈ ਪ੍ਰੋਬਲਮ ਸੀ ਤਾਂ ਉਹਦੇ ਵਾਸਤੇ ਪੁਲਿਸ ਹੈਗੀ ਪ੍ਰਸ਼ਾਸਨ ਹੈਗਾ ਹੈ ਕੋਰਟਾਂ ਕਚਹਿਰੀਆਂ ਹੈਗੀਆਂ ਨਿਪਟਾਉਣ ਵਾਸਤੇ ਆਪਾਂ ਆਪ ਹੀ ਡਾਂਗਾ ਸੁੱਟੀਆਂ ਲੈ ਕੇ ਜੇ ਆਉਣ ਲੱਗੇ ਤਾਂ ਇਹਦਾ ਕੋਈ ਹੱਲ ਨਹੀਂ ਹੈ ਗੱਲ ਦਾ ਇਹਦਾ ਕਲੇਸ਼ ਵਧਾਉਣਾ ਹੈ ਵਪਾਰੀ ਭਰਾ ਨੇ ਹਮੇਸ਼ਾ ਕਿਸਾਨ ਭਰਾਵਾਂ ਨਾਲ ਏਕਾ ਰੱਖਿਆ ਕਿਤੇ ਦੁੱਖ ਸੁੱਖ 'ਚ ਲੋੜ ਪਈ ਹੈ ਨਾਲ ਖੜੇ ਨੇ ਇਹ ਜਿਹੜੀ ਗੱਲ ਹੋਈ ਹੈ ਬਹੁਤ ਮਾੜੀ ਹੋਈ ਹੈ ਔਰ ਮੈਨੂੰ ਇਹ ਲੱਗਦਾ ਵੀ ਜੇ ਇਸ ਗੱਲ ਦਾ ਅੱਜ ਕੋਈ ਹੱਲ ਨਾ ਹੋਇਆ ਬਣਦੀ ਕਾਰਵਾਈ ਹੈ ਅਤੇ ਨਾ ਹੋਈ ਤਾਂ ਸਾਰੇ ਪੰਜਾਬ 'ਚ ਹੀ ਇਹ ਸਾਰਾ ਬੰਦ ਹੋ ਜਾਣਾ ਹੈ ਦੇਖੋ ਇੱਕ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਵਪਾਰੀ ਦਾ ਮਤਲਬ ਹਿੰਦੂ ਜਾਂ ਅਗਰਵਾਲ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਨਹੀਂ ਹੈ ਕੋਈ ਵੀ ਬੰਦਾ ਜਿਹੜਾ ਵਪਾਰ ਕਰਦਾ ਉਹ ਵਪਾਰੀ ਆ ਉਹ ਸਿੱਖ ਵੀ ਹੋ ਸਕਦਾ ਉਹ ਮੁਸਲਮ ਵੀ ਹੋ ਸਕਦਾ ਉਹ ਹਿੰਦੂ ਵੀ ਹੋ ਸਕਦਾ ਦੇਖੋ ਅਸੀਂ ਇਨਸਾਫ ਪਸੰਦ ਲੋਕ ਹੈਗੇ ਹਾਂ ਅਸੀਂ ਚਾਹੁੰਦੇ ਹਾਂ ਵੀ ਹਰ ਗੱਲ ਦੀ ਗਹਿਰਾਈ 'ਚ ਜਾਣਾ ਚਾਹੀਦਾ ਔਰ ਸਾਨੂੰ ਮਿਲਦਾ ਇਨਸਾਫ ਮਿਲਣਾ ਚਾਹੀਦਾ ਕਿਸੇ ਦੇ ਬਾਰ ਮੂਹਰੇ ਆ ਕੇ ਬਹਿ ਕੇ ਟੈਂਟ ਲਾ ਕੇ ਉਹਦਾ ਬੰਦ ਕਰ ਦੇਣਾ ਉਹਦੀ ਬਿਜਲੀ ਬੰਦ ਕਰ ਦੇਣੀ ਉਹਦੇ ਲੋਕ ਲਾ ਦੇਣਾ ਫਿਰ ਜੇ ਇਹੀ ਕੁਝ ਕਰਨਾ ਹੈ ਤਾਂ ਫਿਰ ਸਰਕਾਰਾਂ ਕਿਸ ਗੱਲ ਦੇ ਲਈ ਨੇ ਪ੍ਰਸ਼ਾਸਨ ਕਿਸ ਗੱਲ ਦੇ ਲਈ ਆ ਡਿਪਟੀ ਕਮਿਸ਼ਨਰ ਤੋਂ ਲੈ ਕੇ SSP ਇਹ ਅਹੁਦੇ ਕਿਸ ਲਈ ਬਣੇ ਨੇ ਜੇ ਇਨਸਾਫ ਲੋਕਾਂ ਨੇ ਆਪਸ ਦੇ ਵਿੱਚ ਹੀ ਕਰਨਾ ਮੈਨੂੰ ਤਾਂ ਲੱਗਦਾ ਫਿਰ ਕਿਸੇ ਦੀ ਜ਼ਰੂਰਤ ਨਹੀਂ ਆ ਇਨਸਾਫ ਦੇ ਲਈ ਬਹੁਤ ਅੱਛਾ ਸਿਸਟਮ ਬਣਿਆ ਹੋਇਆ ਸੰਵਿਧਾਨ ਹੈ ਤਾਂ ਉਹ ਬੈਠ ਕੇ ਸੁਣੇ ਪ੍ਰਸ਼ਾਸਨ ਦੋਨੋਂ ਧਿਰਾਂ ਦੀ ਸੁਣੇ ਉਹਦੇ ਅਕੋਰਡਿੰਗ ਆਪਦਾ ਫੈਸਲਾ ਕਰੇ ਅਤੇ ਹੁਣ ਜਿਹੜਾ ਇਹ ਅੱਜ ਦਾ ਜਿਹੜਾ ਇਹ ਰੋਸ ਹੈਗਾ ਇਹ ਕੋਈ ਇੱਕ ਦਿਨ ਦਾ ਨਹੀਂ ਆ ਜਿੰਨਾ ਚਿਕਰ ਫੈਸਲਾ ਨਹੀਂ ਹੁੰਦਾ ਉਹਨਾਂ ਚਿਕਰ ਇਹ ਰੋਸ ਚੱਲੂਗਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜੋ ਪਰਸੋਂ ਕਿਸਾਨ ਯੂਨੀਅਨ ਡਕਾਉਂਦਾ ਅਤੇ ਜਿਹੜਾ ਵਪਾਰੀ ਵਰਗ ਦੇ ਵਿੱਚ ਕੁਛ ਧੱਕਾਮੁੱਕੀ ਵਗੈਰਾ ਹੋਈ ਸੀ ਉਹਦੇ ਸੰਬੰਧ ਦੇ ਵਿੱਚ ਅੱਜ ਬਰਨਾਲਾ ਵਪਾਰ ਮੰਡਲ ਵੱਲੋਂ ਬਰਨਾਲਾ ਨੂੰ ਬੰਦ ਬਰਨਾਲਾ ਸ਼ਹਿਰ ਦਾ ਬੰਦ ਦਾ ਐਲਾਨ ਕੀਤਾ ਗਿਆ ਸੀ ਅਤੇ ਜੋੜੇ ਪੰਪਾਂ ਦੇ ਪਾਸ ਇਹਨਾਂ ਨੇ ਆਪਣਾ ਧਰਨੇ ਦਾ ਉਲੀਕਿਆ ਸੀ ਅਤੇ ਦੂਜੇ ਪਾਸੇ ਕਿਸਾਨ ਯੂਨੀਅਨ ਵੱਲੋਂ ਵੀ ਆਪਣਾ ਇੱਕ ਪ੍ਰੋਟੈਸਟ ਜਿਹੜਾ ਬਰਨਾਲਾ ਸ਼ਹਿਰ ਦੇ ਵਿੱਚ ਕਰਨ ਦਾ ਐਲਾਨ ਕੀਤਾ ਗਿਆ ਸੀਗਾ
ਸੋ ਜੋ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਮਾਣਯੋਗ ਐਸ ਐਸ ਪੀ ਬਰਨਾਲਾ ਦੇ ਹੁਕਮਾਂ ਮੁਤਾਬਕ ਪੂਰੇ ਬਰਨਾਲਾ ਸ਼ਹਿਰ ਦੇ ਵਿੱਚ ਭਾਰੀ ਪੁਲਿਸ ਫੋਰਸ ਤੈਨਾਤ ਕਰਕੇ ਵੱਖ ਵੱਖ ਨਾਕੇ ਲਗਾ ਕੇ ਜਿਹੜਾ ਇਸ ਗੱਲ ਨੂੰ ਇਨਸ਼ੋਰ ਕੀਤਾ ਗਿਆ ਸੀ ਕਿ ਦੋਨੋਂ ਗਰੁੱਪ ਆਪਸ ਦੇ ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਉਣ ਤਾਂ ਜੋ ਦੁਬਾਰਾ ਕੋਈ ਇਹੋ ਜਿਹੀ ਤਣਾਅਪੂਰਨ ਸਥਿਤੀ ਨਾ ਬਣੇ। ਸੋ ਉਸ ਦੇ ਅਧੀਨ ਹੀ ਵਰਕ ਕਰਦੇ ਹੋਏ ਜੋ ਕਿਸਾਨ ਯੂਨੀਅਨ ਦਾ ਧਰਨਾ ਸੀ ਉਹ ਦਾਣਾ ਮੰਡੀ ਬਰਨਾਲਾ ਵਿਖੇ ਕੰਟੇਨ ਕੀਤਾ ਗਿਆ ਅਤੇ ਜਿਹੜਾ ਵਪਾਰ ਮੰਡਲ ਦਾ ਧਰਨਾ ਸੀ ਉਹ ਜੋੜੇ ਪੰਪਾਂ ਦੇ ਪਾਸ ਬਾਂਸਲ ਟਾਇਰ ਦੇ ਸਾਹਮਣੇ ਕੰਟੇਨ ਕੀਤਾ ਗਿਆ। ਉਹ ਦੋਨਾਂ ਜੋ ਧਰਨੇ ਚੱਲ ਰਹੇ ਸੀਗੇ ਉਹਨਾਂ ਦੇ ਨਾਲ ਨੈਗੋਸ਼ੀਏਸ਼ਨ ਹੋਈ ਨੇ, ਜੋ ਵੀ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਨੇ ਸਾਡੇ ਧਿਆਨ ਵਿੱਚ ਲਿਆਂਦੀਆਂ ਨੇ। ਦੋਨੋਂ ਪਾਸੇ ਤੋਂ ਸਾਡੇ ਕੋਲ ਜਿਹੜੀਆਂ ਇਹਨਾਂ ਦੀਆਂ ਆਈਆਂ ਨੇ ਦਰਖਾਸਤਾਂ, ਵਪਾਰ ਮੰਡਲ ਨੇ ਵੀ ਆਪਣੇ ਕੁਛ ਮੁੱਦੇ ਸਾਡੇ ਸਾਹਮਣੇ ਲਿਆਂਦੇ ਨੇ ਵੀ ਜਿਹੜੇ ਉਸ ਦਿਨ ਜੋ ਇੰਸੀਡੈਂਟ ਹੋਇਆ। ਇਸੇ ਹੀ ਤਰ੍ਹਾਂ ਜਿਹੜਾ ਕਿਸਾਨ ਯੂਨੀਅਨ ਅਤੇ ਜਿਹੜੇ ਪੀੜਿਤ ਪਰਿਵਾਰ ਸੀ ਜਿਨ੍ਹਾਂ ਦਾ ਬੱਚਾ ਬਾਹਰ ਗਿਆ ਹੋਇਆ ਉਹਨਾਂ ਵੱਲੋਂ ਵੀ ਇਹਨਾਂ ਦੇ ਖਿਲਾਫ਼ ਕੰਪਲੇਂਟ ਦਿੱਤੀ ਗਈ ਹੈ। ਸੋ ਸਾਰਿਆਂ ਨੂੰ ਬਰਾਬਰ ਵਾਚ ਕੇ ਕਾਨੂੰਨ ਦੇ ਅਨੁਸਾਰ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ, ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦਾ ਜਿਹੜਾ ਅਧਿਕਾਰ ਨਹੀਂ ਦਿੱਤਾ ਜਾਏਗਾ।